ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਇੱਕ ਮਹਿਲਾ ਨੇ ਆਪਣੀ ਸੱਸ ਉੱਪਰ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ। ਹਸਪਤਾਲ ਵਿਖੇ ਆਪਣਾ ਇਲਾਜ ਕਰਵਾਉਣ ਆਈ ਸੀਮਾ ਰਾਣੀ ਨੇ ਦੱਸਿਆ ਕਿ ਲੁਧਿਆਣਾ ਵਿਖੇ ਵਿਆਹੀ ਹੋਈ ਹੈ ਤੇ ਬੀਤੇ ਦਿਨ ਉਹ ਆਪਣੇ ਬੇਟੇ ਨੂੰ ਰੋਟੀ ਬਣਾ ਕੇ ਦੇਣ ਲੱਗੀ ਤਾਂ ਅਚਾਨਕ ਸਿਲੰਡਰ ਖਤਮ ਹੋ ਗਿਆ, ਜਿਸ ਤੋਂ ਬਾਅਦ ਜਦ ਉਹ ਅੰਗੀਠੀ ਤੇ ਰੋਟੀ ਬਣਾਉਣ ਲੱਗੀ ਤਾਂ ਉਸਦੀ ਸੱਸ ਨੇ ਸਟੋਰ ਵਿੱਚੋਂ ਨਵਾਂ ਸਿਲੰਡਰ ਕੱਢ ਲਿਆ ਤੇ ਉਸ ਨਾਲ ਗਾਲੀ ਗਲੋਚ ਕਰਦਿਆਂ ਬਿਨਾਂ ਕਿਸੇ ਕਾਰਨ ਤੋਂ ਮਾਰਕੁੱਟ ਕਰਨ ਲੱਗ ਪਈ, ਜਿਸ ਤੋਂ ਬਾਅਦ ਉਸਨੇ ਆਪਣੀ ਮਾਤਾ ਤੇ ਭਰਾ ਨੂੰ ਦੱਸਿਆ ਤੇ ਉਹ ਉੱਥੋਂ ਉਸਨੂੰ ਬੜੀ ਹੀ ਮੁਸ਼ਕਲ ਨਾਲ ਬਚਾ ਕੇ ਲਿਆਏ। ਪੀੜਿਤ ਮਹਿਲਾ ਮੁਤਾਬਿਕ ਉਸਦਾ ਪਤੀ ਪਿਛਲੇ 2.5 ਸਾਲ ਤੋਂ ਕਤਲ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ ਤੇ ਪਿੱਛੋਂ ਉਸਦੀ ਸੱਸ ਉਸ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰਦੀ ਹੈ। ਉਹਨਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਸਨੂੰ ਇਨਸਾਫ਼ ਦਵਾਇਆ ਜਾਵੇ। ਇਹ ਮੇਰੀ ਸੱਸ ਨੇ ਤਾਂ ਮੈਨੂੰ ਅੰਦਰ ਰਸੋਈ 'ਚ ਮਾਰਿਆ। ਕਿਉਂ? ਲੜਾਈ ਹੋ ਗਈ ਸੀ, ਇਹ ਗੱਲ ਸਿਲੰਡਰ ਨਾ ਖਤਮ ਹੋ ਗਿਆ ਸੀ ਤੇ ਮੈਂ ਗੈਸ ਜਿਹੇ ਨਾ ਖਤਮ ਹੋ ਗਿਆ ਸੀ, ਦਾਲ ਧਰੀ ਸੀ ਗੈਸ ਦੇ ਉੱਤੇ, ਗੈਸ ਖਤਮ ਹੋ ਗਿਆ ਸੀ ਅਤੇ ਮੈਂ ਨਾ ਅੰਗੀਠੀ 'ਤੇ ਰੋਟੀ ਬਣਾ ਲਈ ਸੀ, ਅੰਗੀਠੀ 'ਤੇ ਨਾ ਦਾਲ ਬਣਾ ਲਈ ਸੀ ਸ਼ਾਮੀ 6 ਵਜੇ ਤੇ ਫਿਰ ਮੇਰੇ ਮੁੰਡਾ ਕਹਿੰਦਾ ਭੁੱਖ ਲੱਗੀ ਹੋਈ ਸੀ ਮੈਂ ਰੋਟੀ ਖਾਣੀ ਅਤੇ ਮੈਂ ਕਿਹਾ ਚੱਲ ਨਾ ਸਿਲੰਡਰ ਆਇਆ ਨਹੀਂ ਹੈਗਾ, ਮੈਂ ਤੈਨੂੰ ਅੰਗੀਠੀ 'ਤੇ ਬਣਾ ਦਿੰਦੀ ਹਾਂ ਰੋਟੀ। ਅੰਗੀਠੀ 'ਤੇ ਬਣਾ ਕੇ ਦੇ ਲੱਗੀ ਅਤੇ ਮੇਰੀ ਸੱਸ ਨੇ ਬਾਅਦ 'ਚ ਨਾ ਸਟੋਰ ਦੇ ਵਿੱਚੋਂ ਸਿਲੰਡਰ ਕੱਢ ਲਿਆ ਭਰਿਆ ਆ। ਮੈਨੂੰ ਉਦੋਂ ਹੀ ਕਹਿ ਦਿੰਦੀ ਕਿ ਮੈਂ ਤੂੰ ਸਿਲੰਡਰ 'ਤੇ ਤੂੰ ਰੋਟੀ ਬਣਾ ਲੱਗੀ ਅਤੇ ਮੈਨੂੰ ਵੀ ਕਹਿ ਦਿੰਦੀ ਕਿ ਸਿਮਰਨ ਤੂੰ ਵੀ ਉੱਥੇ ਰੋਟੀ ਬਣਾ ਲਾ। ਮੈਂ ਬਸ ਆਪਣੇ ਮੁੰਡੇ ਨੂੰ 2 ਥੱਪੜ ਲਾਏ, ਇੱਕ ਮਾਂ ਆਪਣੇ ਮੁੰਡੇ ਨੂੰ ਮਾਰ ਵੀ ਨਹੀਂ ਸਕਦੀ। ਮੇਰੀ ਸੱਸ ਬੋਲਣ ਲੱਗ ਗਈ ਕਿ ਮੁੰਡਾ ਮਰ ਗਿਆ, ਮੁੰਡਾ ਮਰ ਗਿਆ, ਅਤੇ ਮੇਰੇ ਮੁੰਡੇ ਨੇ ਰਿਕੋਰਡਿੰਗ ਕਰ ਲਈ, ਇਹਨਾਂ ਨੇ ਰਿਕੋਰਡਿੰਗ ਕਰਕੇ ਉੱਧਰ ਭੇਜਣ ਲੱਗ ਗਏ ਆਪਣੇ ਨਾਨ ਵੱਲ ਹੈ। ਅਤੇ ਫਿਰ ਮੇਰੀ ਸੱਸ ਨੇ ਮੈਨੂੰ ਰਸੋਈ ਵਿੱਚ ਬਹੁਤ ਕੁੱਟਿਆ, ਬਹੁਤ ਜ਼ਿਆਦਾ ਕੁੱਟਿਆ, ਥੱਪੜ ਮਾਰੀ, ਮੈਂ ਪਿੱਟ ਸਿਆਪਾ ਕੀਤਾ, ਮੈਨੂੰ ਇੰਨਾ ਕੁੱਟਿਆ ਕਿ ਅੰਦਰ ਮੈਂ ਕਮਰੇ 'ਚ ਜਾ ਕੇ ਬਹੁਤ ਰੋਈ। ਮੇਰੇ ਛੋਟੇ ਮੁੰਡੇ ਨੇ ਫੋਟੋਆਂ ਖਿੱਚੀਆਂ, ਮੈਨੂੰ ਤੁਸੀਂ ਆਪ ਹੀ ਦੱਸੋ ਤਾਂ ਮਾਰਨਾ ਚਾਹੀਦਾ ਕਿਸੇ ਦੀ ਧੀ ਨੂੰ। ਅਤੇ ਨਾਲੇ ਮੇਰੇ ਘਰ ਵਾਲੇ ਦਾ ਉੱਧਰੋਂ ਫੋਨ ਆ ਗਿਆ ਕਿ ਇਹਨੂੰ ਸਿਲੰਡਰ ਖੋਲ੍ਹ ਕੇ ਨਾ ਮਾਰ ਦੇ। ਫਿਰ ਮੈਂ ਆਪਣੇ ਦੋਨੋਂ ਬੱਚੇ ਚੱਕ ਕੇ ਨਾ ਆਪਣੀ ਮੰਮੀ ਨੂੰ ਅਤੇ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਨੂੰ ਲੈ ਜਾਓ ਇੱਥੋਂ ਆ ਕੇ। ਉਹ 2.5 ਸਾਲ ਹੋ ਗਏ, ਮੇਰੇ ਬੱਚੇ ਵੀ ਸਕੂਲ ਨਹੀਂ ਜਾਂਦੇ, ਸਾਰੇ ਉੱਥੇ ਗਲੀ ਨੂੰ ਪਤਾ ਹੈ। ਵੀ ਆਪਣੀ ਗਲਤੀ ਮੰਨਣ ਕਿਸੇ ਦੀ ਧੀ ਨਾ ਇੱਦਾਂ ਨਹੀਂ ਕਰਨਾ ਚਾਹੀਦਾ, ਆਪਣੀਆਂ ਵੀ ਧੀਆਂ ਹੈਗੀਆਂ, ਜੇ ਆਪਣੀ ਧੀ ਨੂੰ ਕੋਈ ਇੱਦਾਂ ਕਰੇ ਤਾਂ ਕਿੰਨਾ ਦੁੱਖ ਲੱਗਦਾ ਹੈ।